ਵੈਸੇ ਵੀ ਡਾਕਟਰ ਕਮਿਊਨਿਟੀ ਦੀ ਆਮ ਆਦਮੀ ਪਾਰਟੀ ਨਾਲ ਕਾਫੀ ਮਿਲਦੀ ਹੈ, ਸਟਾਰ ਮਿਲਦੇ ਹੈ ਜਿਹਦੇ ਸਾਡੇ ਕੋਲ ਡਾਕਟਰ ਬਲਜੀਤ ਕੌਰ ਹੈ, ਡਾਕਟਰ ਬਲਵੀਰ ਸਿੰਘ ਹੈ, ਡਾਕਟਰ ਚੰਨੀ ਹੈ ਚਮਕੌਰ ਸਾਹਿਬ ਵਾਲੇ, ਡਾਕਟਰ ਗੁਰਜੋਤ ਹੈ, ਡਾਕਟਰ ਅਜੇ ਗੁਪਤਾ ਹੈ, ਡਾਕਟਰ ਵਿਜੇ ਸਿੰਗਲਾ, ਡਾਕਟਰ ਸਾਡੇ ਸਭ ਤੋਂ ਵੱਡੀ ਗੱਲ ਤਾਂ ਘਰੇ ਵੀ ਡਾਕਟਰ ਹੈ, ਉਹ ਭੁੱਲੀ ਗਏ ਸੀ ਰੋਟੀ ਖਾਣੀ ਹੈ ਭਾਈ। ਸੋ ਡਾਕਟਰ ਕਮਿਊਨਿਟੀ ਨਾਲ ਆਮ ਆਦਮੀ ਪਾਰਟੀ, ਕਿਉਂਕਿ ਸਾਰੇ ਸਮਾਜ ਦੀ ਪਾਰਟੀ ਹੈ, ਸਾਡੇ ਕੋਲ ਡਾਕਟਰ ਵੀ ਨੇ, ਸਾਡੇ ਕੋਲ ਵਕੀਲ ਵੀ ਨੇ, ਸਾਡੇ ਕੋਲ ਸਟੂਡੈਂਟ ਵੀ ਨੇ ਜਿਹੜੇ ਪੜ੍ਹ ਰਹੇ ਸੀ ਅਤੇ ਟਿਕਟਾਂ ਮਿਲ ਗਈਆਂ ਅਤੇ ਜਿੱਤ ਗਏ, ਅਤੇ ਸਾਡੇ ਕੋਲ ਟੀਚਰ ਵੀ ਨੇ, ਪ੍ਰੋਫੈਸਰ ਵੀ ਨੇ, ਆਰਟਿਸਟ ਵੀ ਨੇ। ਸੋ ਸਾਡੇ ਕੋਲ ਸਮਾਜ ਦਾ ਹਰ ਵਰਗ ਹੈ, ਸਾਡੇ ਕੋਲ ਆਮ ਆਦਮੀ ਪਾਰਟੀ ਆਮ ਆਦਮੀ ਹੈ, ਹਰੇਕ ਵਰਗ ਤੋਂ ਆਮ ਆਦਮੀ, ਜਦਕਿ ਦੂਜੀਆਂ ਪਾਰਟੀਆਂ 'ਚ ਸਿਰਫ ਉਹਨਾਂ ਦੇ ਪੁੱਤ ਭਤੀਜੇ, ਉਹਨਾਂ ਦੇ ਸਾਲੇ ਜੀਜੇ, ਉਹੀ ਚੱਲੀ ਜਾਂਦਾ ਸੀ। ਸੋ ਉਹ ਹੁਣ ਨੈਕਸਸ ਜਿਹੜਾ ਟੁੱਟ ਗਿਆ। ਸੋ ਡਾਕਟਰ ਸਾਹਿਬ ਬਾਰੇ ਮੈਂ ਇਹੀ ਕਹੂੰਗਾ, ਜਦੋਂ ਵਿਧਾਨ ਸਭਾ 'ਚ ਵੀ ਬੋਲਦੇ ਸੀਗੇ ਤਾਂ ਹਮੇਸ਼ਾ ਟੂ ਦਾ ਪੁਆਇੰਟ ਅਤੇ ਆਪਣੇ ਲੋਕਾਂ ਦੀ ਗੱਲ ਕਰਦੇ ਸੀ, ਅਤੇ ਸਪੀਕਰ ਸਾਹਿਬ ਇਹਨਾਂ ਨੂੰ ਮੌਕਾ ਵੀ ਪੂਰਾ ਖੁੱਲ੍ਹਾ ਦਿੰਦੇ ਸੀ, ਕਿਉਂਕਿ ਪਤਾ ਲੱਗ ਜਾਂਦਾ ਕਿ ਕੋਈ ਸ਼ੋਰ ਸ਼ਰਾਬੇ ਵਾਲੀ ਗੱਲ ਨਹੀਂ ਕਰਨੀ, ਕੋਈ ਕੰਟਰੋਵਰਸੀ ਵਾਲੀ ਗੱਲ ਨਹੀਂ ਕਰਨੀ, ਸਿਰਫ ਆਪਣੇ ਲੋਕਾਂ ਦੇ ਹੱਕਾਂ ਦੀ ਗੱਲ ਕਰਨੀ ਹੈ, ਆਪਣੇ ਇਲਾਕੇ ਦੇ ਮੰਗਾਂ ਦੀ ਗੱਲ ਕਰਨੀ ਹੈ, ਤਾਂ ਫਿਰ ਉਸ ਐੱਮ ਐੱਲ ਏ ਨੂੰ ਜਾਂ ਉਸ ਐੱਮ ਪੀ ਨੂੰ ਟਾਈਮ ਮਿਲਣ ਲੱਗ ਜਾਂਦਾ। ਜਿਸ ਤਰ੍ਹਾਂ ਮੈਂ ਵੀ 8 ਸਾਲ ਲਾ ਕੇ ਆਇਆ ਪਾਰਲੀਮੈਂਟ 'ਚ, ਤਾਂ ਸਪੀਕਰ ਸਾਹਿਬ ਨੂੰ ਪਤਾ ਲੱਗ ਜਾਂਦਾ ਕਿ ਇਹਨੇ ਫਾਲਤੂ ਗੱਲ ਨਹੀਂ ਕਰਨੀ, ਇਹਨੇ ਆਪਣੀ ਗੱਲ ਕਰਕੇ ਬਹਿ ਜਾਣਾ, ਤਾਂ ਫਿਰ ਟਾਈਮ ਮਿਲ ਜਾਂਦਾ ਬੋਲਣ ਦਾ। ਜਿਹਨੇ ਹੁਣ ਕੋਈ ਕੰਟਰੋਵਰਸੀ ਕ੍ਰੀਏਟ ਕਰਨੀ ਹਰ ਵਕਤ, ਫਿਰ ਸਪੀਕਰ ਨੂੰ ਵੀ ਇਹ ਲੱਗਣ ਲੱਗ ਜਾਂਦਾ ਕਿ ਇਹਦੇ ਬੋਲਣ ਨਾਲ ਕਿਤੇ ਕੋਈ ਰੌਲਾ ਨਾ ਪੈ ਜਾਵੇ, ਇਸ ਕਰਕੇ ਫਿਰ ਇਗਨੋਰ ਕਰਨ ਲੱਗ ਜਾਂਦੇ। ਪਰ ਡਾਕਟਰ ਸਾਹਿਬ ਨੇ ਜਿੰਨਾ ਵੀ ਬੋਲਿਆ ਰਿਕਾਰਡ 'ਤੇ ਪਿਆ ਸਾਰਾ, ਤੁਸੀਂ ਵੀ ਆਪਣੇ ਕੈਮਰਾ ਰਾਹੀਂ ਉਹਨੂੰ ਟੈਲੀਕਾਸਟ ਕੀਤਾ ਹੋਊਗਾ, ਕਿ ਜਿੰਨਾ ਵੀ ਬੋਲਿਆ ਉਹ ਆਪਣੇ ਲੋਕਾਂ ਦੇ ਹੱਕ 'ਚ ਬੋਲਿਆ, ਜਿਸ ਏਜੰਡੇ ਨੂੰ ਲੈ ਕੇ ਜਿੱਤ ਕੇ ਆਏ ਨੇ ਉਸ ਏਜੰਡੇ ਨੂੰ ਲੈ ਕੇ ਬੋਲਿਆ। ਔਰ ਮੇਰੇ ਕੋਲ ਆ ਕੇ ਕਈ ਵਾਰ ਜਿਹੜਾ ਮੇਰੇ ਕੋਲ ਮੰਗ ਪੱਤਰ ਦੇ ਕੇ ਕਿ ਮੈਂ ਆਹ ਸ਼ਹਿਰ 'ਚ ਆਹ ਚਾਹੁੰਦਾ, ਮੈਂ ਪਿੰਡਾਂ 'ਚ ਆਹ ਪ੍ਰੋਬਲਮ ਹੈ, ਸਾਨੂੰ ਫੰਡ ਦਿਓ। ਸੋ ਅਸੀਂ ਇਸ ਪੱਖੋਂ ਕਦੇ ਵੀ ਇਹਨਾਂ ਨੂੰ ਇਨਕਾਰ ਨਹੀਂ ਕੀਤਾ, ਚੱਲ ਕੇ ਆਉਂਦੇ ਰਹੇ, ਘੰਟਾ ਘੰਟਾ ਅਸੀਂ ਮਿਲ ਕੇ ਬਹਿ ਕੇ ਗੱਲ ਵੀ ਕਰਦੇ ਰਹੇ ਕਿ ਤੁਸੀਂ ਦੱਸੋ, ਕੋਈ ਗੱਲ ਨਹੀਂ ਮੇਰੇ ਲਈ, ਕੋਈ ਇਹ ਨਹੀਂ ਹੈਗਾ ਕਿ ਜੇ ਕੋਈ ਐੱਮ ਐੱਲ ਏ ਜਿਹੜਾ ਉਹ ਵਿਰੋਧੀ ਧਿਰ ਦਾ, ਤਾਂ ਮੈਂ ਉੱਥੇ ਉਸ ਲੋਕਾਂ ਨੂੰ ਸਜ਼ਾ ਦੇਵਾਂ, ਮੈਂ ਉੱਥੇ ਕਿ ਮੈਂ ਉੱਥੇ ਗ੍ਰਾਂਟ ਨਾ ਦੇਵਾਂ ਜਾਂ ਉੱਥੇ ਵਿਕਾਸ ਦੇ ਕੰਮਾਂ 'ਤੇ ਕੋਈ ਰੋਕ ਲਾਵਾਂ। ਅਸੀਂ ਇਸ ਤਰ੍ਹਾਂ ਦੀ ਜਿਹੜੀ ਛੋਟੀ ਰਾਜਨੀਤੀ ਨਹੀਂ ਕਰਦੇ, ਜਿਹੜੀ ਕਿ ਇਹ ਕਰਦੇ ਰਹੇ ਆ ਪਹਿਲਾਂ ਜਿਹੜੇ ਬਾਕੀ ਰਵਾਇਤੀ ਪਾਰਟੀਆਂ ਵਾਲੇ, ਕਿ ਜੇ ਇਸ ਗਲੀ 'ਚੋਂ ਸਾਨੂੰ ਵੋਟਾਂ ਨਹੀਂ ਪਈਆਂ ਤਾਂ ਉਹਦੀਆਂ 2 ਪੁਲੀਆਂ ਹੀ ਪੱਟ ਦਿਓ, ਅਤੇ ਬਾਅਦ 'ਚ ਕਹੀ ਜਾਓ ਲੈ ਪੁਲੀਆਂ ਬਣਵਾ ਕੇ ਦਿਖਾਓ ਹੁਣ ਤੁਸੀਂ ਸਾਨੂੰ ਵੋਟਾਂ ਨਹੀਂ ਪਾਈਆਂ। ਇਸ ਕਿਸਮ ਦੀ ਛੋਟੀ ਰਾਜਨੀਤੀ ਅਸੀਂ ਨਹੀਂ ਕਰਦੇ। ਮੈਂ ਜਿਸ ਦਿਨ ਰਿਜ਼ਲਟ ਆਇਆ ਸੀ 10 ਮਾਰਚ ਨੂੰ, ਮੈਂ ਉਸੇ ਦਿਨ ਵੀ ਕਿਹਾ ਸੀ ਜਿਨ੍ਹਾਂ ਨੇ ਵੋਟਾਂ ਪਾਈਆਂ ਉਹਨਾਂ ਦਾ ਵੀ ਬਹੁਤ ਧੰਨਵਾਦ, ਜਿਨ੍ਹਾਂ ਨੇ ਨਹੀਂ ਪਾਈਆਂ ਉਹਨਾਂ ਦਾ ਵੀ ਬਹੁਤ ਧੰਨਵਾਦ, ਪਰ ਜਿਨ੍ਹਾਂ ਨੇ ਨਹੀਂ ਵੀ ਪਾਈਆਂ ਮੈਂ ਉਹਨਾਂ ਦਾ ਵੀ ਮੁੱਖ ਮੰਤਰੀ ਹਾਂ। ਸੋ ਮੁੱਖ ਮੰਤਰੀ ਤਾਂ ਮੈਂ ਸਾਰੇ ਪੰਜਾਬੀਆਂ ਦਾ, ਕਸਟੋਡੀਅਨ ਤਾਂ ਮੈਂ 3.5 ਕਰੋੜ ਲੋਕਾਂ ਦਾ ਹੀ ਹਾਂ। ਸੋ ਮੈਂ ਕੋਈ ਦਰਿਆਤ ਜਾਂ ਕੋਈ ਪੱਖਪਾਤ ਕਦੇ ਨਹੀਂ ਕਰਦਾ। ਮੇਰੇ ਲਈ ਨਕੋਦਰ ਵੀ ਹੋਇਆ ਜਾਏ, ਮੇਰੇ ਨਵਾਂ ਸ਼ਹਿਰ ਵੀ ਹੋਇਆ ਜਾਏ, ਬੰਗਾ ਵੀ ਹੋਇਆ ਜਾਏ, ਮੇਰੇ ਲਈ ਮੂਨਕ ਵੀ ਹੋਇਆ ਜਾਏ, ਭਵਾਨੀਗੜ੍ਹ ਵੀ ਹੋਇਆ ਜਾਏ, ਮੇਰੇ ਲਈ ਘਨੌਰ ਵੀ ਹੋਇਆ ਜਾਏ, ਮੇਰੇ ਲਈ ਸਨੌਰ ਵੀ ਹੋਇਆ ਜਾਏ। ਸੋ ਜੇ ਪੰਜਾਬ ਦੇ ਵਿੱਚ ਕੋਈ ਤਰੱਕੀ ਹੋਊਗੀ, ਸਾਰੇ ਪੰਜਾਬ 'ਚ ਕਿਤੇ ਵੀ ਤਰੱਕੀ ਹੋਊਗੀ, ਤਾਂ ਉਹਦਾ ਜਿਹੜਾ ਸ਼ਾਬਾਸ਼ੀ ਮਿਲੂਗੀ। ਕੱਲ੍ਹ ਬੱਚਿਆਂ ਨੂੰ ਨਿਯੁਕਤੀ ਪੱਤਰ ਵੰਡੇ, ਆਪ ਬੋਲ ਰਹੇ ਸੀ, ਕੋਈ ਕੁਝ ਗਰਾਊਂਡ ਤੋਂ ਸੀ, ਕੋਈ ਮੁਕਤਸਰ ਤੋਂ ਸੀ, ਕੋਈ ਫਾਜ਼ਿਲਕਾ ਤੋਂ ਸੀ, ਕੋਈ ਬਠਿੰਡੇ ਤੋਂ ਸੀ, ਕੋਈ ਸੰਗਰੂਰ ਤੋਂ ਸੀ, ਕੋਈ ਅੰਮ੍ਰਿਤਸਰ ਤੋਂ ਸੀ, ਸਾਰੇ ਪੰਜਾਬ ਤੋਂ ਆਏ ਹੋਏ ਸੀ। ਅਤੇ ਉਹ ਦੱਸ ਰਹੇ ਸੀ ਆਪਣੀਆਂ ਆਪਣੀਆਂ ਕਹਾਣੀਆਂ ਕਿ ਬਾਹਰ ਜਾਣ ਦਾ ਪ੍ਰੋਗਰਾਮ ਬਣ ਗਿਆ ਸੀ, ਪਰ ਅਸੀਂ ਬਦਲਤਾ, ਹੁਣ ਅਸੀਂ ਇੱਥੇ ਰਹਿ ਕੇ ਜਿਹੜਾ ਉਹ ਆਪਦੀ ਤਰੱਕੀ ਕਰਾਂਗੇ, ਪੜ੍ਹਾਂਗੇ। ਅਤੇ ਆਮ ਆਦਮੀ ਪਾਰਟੀ ਜੋ ਸਾਡੇ ਅਰਵਿੰਦ ਕੇਜਰੀਵਾਲ ਜੀ ਸਾਡੇ ਸੁਪਰੀਮੋ, ਉਹਨਾਂ ਦਾ ਵੀ ਪਹਿਲਾਂ ਐਜੂਕੇਸ਼ਨ ਅਤੇ ਹੈਲਥ ਉਹਨਾਂ ਦੀ ਪ੍ਰਾਇਓਰਟੀ ਹੈ ਅੱਜ ਵੀ, ਕਿ ਬਾਬਾ ਸਾਹਿਬ ਦਾ ਸਪਨਾ ਅਧੂਰਾ ਕੇਜਰੀਵਾਲ ਕਰੇਗਾ ਪੂਰਾ। ਉੱਥੇ ਨਾਰਾ ਦਿੰਦੇ ਰਹੇ ਜਦੋਂ ਸਕੂਲ ਬਣਾਉਂਦੇ ਰਹੇ ਉੱਥੇ ਅਸੀਂ, ਤਾਂ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ
ਉਹਨਾਂ ਨੂੰ ਸਕੂਲ ਦੇ ਵਿੱਚ ਕਲਾਸ 'ਚ ਬੈਠਣਾ ਨਹੀਂ ਦਿੱਤਾ ਜਾਂਦਾ ਸੀ, ਛੂਆ ਛੂਤ ਦਾ ਇੰਨਾ ਜ਼ਮਾਨਾ ਸੀ, ਉਹ ਪਰਾਂ ਬਹਿ ਜਾਂਦੇ ਸੀ। ਫਿਰ ਜਦੋਂ ਪੀਰੀਅਡ ਖਤਮ ਹੁੰਦਾ ਸੀਗਾ ਤਾਂ ਉਹ ਆਪਣੇ ਜਿਹੜੇ ਸਹਿਪਾਠੀ ਸੀ ਉਹਨਾਂ ਤੋਂ ਪੁੱਛਦੇ ਹੁੰਦੇ ਸੀ, ਤੈਨੂੰ ਕੀ ਪੜ੍ਹਾਇਆ, ਉਹ ਮੈਨੂੰ ਪੜ੍ਹਾ ਦੇ। ਇੱਥੋਂ ਇੱਥੋਂ ਪੜ੍ਹ ਕੇ ਉਹਨਾਂ ਨੇ ਬਾਅਦ ਦੇ ਵਿੱਚ ਅਮੈਰੀਕਾ ਤੋਂ ਲੰਡਨ ਤੋਂ PhDਆਂ ਕੀਤੀ, ਹਾਲਾਂਕਿ ਕੋਈ ਫਾਈਨੈਂਸ਼ਲੀ ਸਾਊਂਡ ਨਹੀਂ ਸੀ। ਉਹਨਾਂ ਨੇ ਫਿਰ ਇੱਕ ਕਥਾ ਲਿਖਿਆ ਕਿ ਵਿੱਦਿਆ ਜਿਹੜੀ ਹੈ ਉਹ ਇੱਕ ਸ਼ੇਰਨੀ ਦੇ ਦੁੱਧ ਵਰਗੀ ਹੈ, ਜਿਹੜਾ ਇਹਨੂੰ ਪੀਊਗਾ ਉਹ ਤਾਂ ਦਹਾੜੂਗੀ ਦਹਾੜੂਗਾ। ਸੋ ਸਾਡਾ ਵੀ ਇਹ ਏਜੰਡਾ ਹੈ ਕਿ ਅਸੀਂ ਐਜੂਕੇਸ਼ਨ ਗਰੀਬਾਂ ਦੇ ਬੱਚਿਆਂ ਨੂੰ ਖਾਸ ਤੌਰ 'ਤੇ ਦੇਈਏ, ਜੋ ਸਕੂਲ ਆਫ ਐਮੀਨੈਂਸ ਜਾਂ ਅਸੀਂ ਸਮਾਰਟ ਸਕੂਲ। ਸੋਸ਼ਲ ਮੀਡੀਆ, ਪ੍ਰਿੰਟ ਮੀਡੀਆ, ਇਲੈਕਟ੍ਰੋਨਿਕ ਮੀਡੀਆ ਔਰ ਜਿਸ ਵੀ ਮੀਡੀਆ ਨੂੰ ਤੁਸੀਂ, ਜਿਸ ਵੀ ਮੰਚ ਨੂੰ ਤੁਸੀਂ ਪ੍ਰਤੀਨਿਧਤਾ ਕਰਦੇ ਹੋ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ। ਸ਼ਾਰਟ ਨੋਟਿਸ 'ਤੇ ਤੁਹਾਨੂੰ ਬੁਲਾਇਆ ਗਿਆ। ਅੱਜ ਆਮ ਆਦਮੀ ਪਾਰਟੀ ਦੇ ਪਰਿਵਾਰ ਦੇ ਵਿੱਚ ਬਹੁਤ ਵਿਲੱਖਣ ਕਿਸਮ ਦਾ ਵਾਅਦਾ ਹੋ ਰਿਹਾ ਹੈ। ਜੋ ਆਮ ਆਦਮੀ ਪਾਰਟੀ ਦਾ ਵਿਚਾਰ ਹੈ, ਜੋ ਆਮ ਆਦਮੀ ਪਾਰਟੀ ਦਾ ਏਜੰਡਾ ਹੈ, ਆਮ ਲੋਕਾਂ ਦੀ ਸੇਵਾ ਕਰਨਾ, ਦਬੇ ਕੁਚਲੇ ਲੋਕਾਂ ਨੂੰ ਉੱਪਰ ਲੈ ਕੇ ਆਉਣਾ, ਪੜ੍ਹਾਈ, ਹੈਲਥ, ਇਨਫਰਾਸਟ੍ਰਕਚਰ, ਰੋਜ਼ਗਾਰ, ਜੋ ਏਜੰਡਾ ਹੈ, ਬਿਲਕੁਲ ਉਸ ਏਜੰਡੇ 'ਤੇ ਪੂਰੇ ਉਤਰਦੇ ਹੈ। ਵਿਧਾਨ ਸਭਾ ਦੇ ਵਿੱਚ ਤੁਸੀਂ ਉਹਨਾਂ ਨੂੰ ਬੋਲਦੇ ਦੇਖਿਆ ਹੋਣਾ। ਨਵਾਂਸ਼ਹਿਰ ਤੋਂ ਸ਼ਹੀਦ ਭਗਤ ਸਿੰਘ ਹੋਰਾਂ ਦੀ ਧਰਤੀ ਨੂੰ ਉਹ ਰੀਪ੍ਰਜੈਂਟ ਕਰਦੇ ਹੈ। ਡਾਕਟਰ ਸੁਖਵਿੰਦਰ ਸੁੱਖੀ ਜੀ MLA ਨੇ ਅਤੇ ਦਬੇ ਕੁਚਲੇ ਲੋਕਾਂ ਲਈ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੀ ਵਿਚਾਰਧਾਰਾ ਨੂੰ ਅੱਗੇ ਲੈ ਕੇ ਚੱਲਦੇ ਨੇ। ਆਪਣਾ ਇੱਕ ਕਲੀਨਿਕ ਹੈ ਜਿੱਥੇ MLA ਹੋਣ ਦੇ ਬਾਵਜੂਦ ਵੀ ਗਰੀਬਾਂ ਦੇ ਮੁਫਤ ਇਲਾਜ, ਆਮ ਲੋਕਾਂ ਨੂੰ ਆਪਣੀ ਡਾਕਟਰੀ ਮਹਾਰਤ ਜਿਹੜੀ ਪਰਮਾਤਮਾ ਨੇ ਬਖਸ਼ੀ ਹੈ ਉਹ ਤੋਂ ਆਮ ਲੋਕਾਂ ਨੂੰ ਰਾਹਤ ਦਿੰਦੇ ਆ, ਲੋਕਾਂ ਦਾ ਇਲਾਜ ਕਰਦੇ ਆ, ਅਤੇ ਨਾਲ ਦੀ ਨਾਲ ਉਹਨਾਂ ਦੀ ਡਿਊਟੀ ਲੋਕਾਂ ਨੇ ਸਮਾਜ ਦਾ ਆਪਰੇਸ਼ਨ ਕਰਨ ਦੀ ਵੀ ਲਾਈ ਹੋਈ ਹੈ। ਸੋ ਅੱਜ ਬਹੁਤ ਸਾਰੇ ਸਾਥੀ ਸਾਡੇ ਪਾਰਟੀ ਦੇ ਬੈਠੇ ਨੇ, ਜਦ ਡਾਕਟਰ ਸੰਦੀਪ ਪਾਠਕ ਬੈਠੇ ਨੇ, ਸੰਗਠਨ ਦੇਖਦੇ ਨੇ, ਸਾਡੇ SC ਵਿੰਗ ਦੇ ਪ੍ਰਧਾਨ MLA ਮਹਿਲ ਕਲਾਂ ਕੁਲਵੰਤ ਪੰਡੋਰੀ ਜੀ ਬੈਠੇ ਨੇ, ਅਤੇ ਡਾਕਟਰ ਸਾਹਿਬ ਦੇ ਨਾਲ ਆਏ ਨੇ ਵੀ SC ਵਿੰਗ ਦੇ ਪ੍ਰਧਾਨ ਨੇ, ਨਵਾਂ ਸ਼ਹਿਰ ਦੇ ਕੀ ਨਾਮ ਹੋਣਾ, ਸੋਹਣ ਲਾਲ ਟਾਂਡਾ ਜੀ, ਉਹ ਵੀ ਇੱਥੇ ਪਹੁੰਚੇ ਨੇ, ਧੰਨਵਾਦ। ਉਹਨਾਂ ਦੇ ਨਾਲ ਉਹਨਾਂ ਦੇ ਸਾਥੀ ਬਹੁਤ ਸਾਰੇ ਡਾਕਟਰ ਨੇ, ਬਹੁਤ ਸਾਰੇ ਸਮਾਜ ਸੇਵੀ ਨੇ, ਬਹੁਤ ਸਾਰੇ ਇਹਨਾਂ ਦੇ ਨਾਲ ਜੁੜੇ ਹੋਏ ਨੇ। ਵੈਸੇ ਵੀ ਡਾਕਟਰ ਕਮਿਊਨਿਟੀ ਦੀ ਆਮ ਆਦਮੀ ਪਾਰਟੀ ਨਾਲ ਕਾਫੀ ਮਿਲਦੀ ਹੈ, ਸਟਾਰ ਮਿਲਦੇ ਹੈ, ਜਿਹਦੇ ਸਾਡੇ ਕੋਲ ਡਾਕਟਰ ਬਲਜੀਤ ਕੌਰ ਹੈ, ਡਾਕਟਰ ਬਲਵੀਰ ਸਿੰਘ ਹੈ, ਡਾਕਟਰ ਚੰਨੀ ਹੈ ਚਮਕੌਰ ਸਾਹਿਬ ਵਾਲੇ, ਡਾਕਟਰ ਗੁਰਜੋਤ ਹੈ, ਡਾਕਟਰ ਅਜੇ ਗੁਪਤਾ ਹੈ, ਡਾਕਟਰ ਵਿਜੇ ਸਿੰਗਲਾ, ਡਾਕਟਰ ਸਾਡੇ ਸਭ ਤੋਂ ਵੱਡੀ ਗੱਲ ਤਾਂ ਘਰੇ ਵੀ ਡਾਕਟਰ ਹੈ, ਭੁੱਲ ਹੀ ਗਏ ਸੀ ਰੋਟੀ ਖਾਣੀ ਹੈ ਭਾਈ। ਸੋ ਡਾਕਟਰ ਕਮਿਊਨਿਟੀ ਨਾਲ ਆਮ ਆਦਮੀ ਪਾਰਟੀ, ਕਿਉਂਕਿ ਸਾਰੇ ਸਮਾਜ ਦੀ ਪਾਰਟੀ ਹੈ, ਸਾਡੇ ਕੋਲ ਡਾਕਟਰ ਵੀ ਨੇ, ਸਾਡੇ ਕੋਲ ਵਕੀਲ ਵੀ ਨੇ, ਸਾਡੇ ਕੋਲ ਸਟੂਡੈਂਟ ਵੀ ਨੇ ਜਿਹੜੇ ਪੜ੍ਹ ਰਹੇ ਸੀ ਅਤੇ ਟਿਕਟਾਂ ਮਿਲ ਗਈਆਂ ਅਤੇ ਜਿੱਤ ਗਏ, ਅਤੇ ਸਾਡੇ ਕੋਲ ਟੀਚਰ ਵੀ ਨੇ, ਪ੍ਰੋਫੈਸਰ ਵੀ ਨੇ, ਆਰਟਿਸਟ ਵੀ ਨੇ। ਸੋ ਸਾਡੇ ਕੋਲ ਸਮਾਜ ਦਾ ਹਰ ਵਰਗ ਹੈ, ਸਾਡੇ ਕੋਲ ਆਮ ਆਦਮੀ ਪਾਰਟੀ ਆਮ ਆਦਮੀ ਹੈ, ਹਰੇਕ ਵਰਗ ਤੋਂ ਆਮ ਆਦਮੀ।
ਜਦਕਿ ਦੂਜੀਆਂ ਪਾਰਟੀਆਂ 'ਚ ਸਿਰਫ ਉਹਨਾਂ ਦੇ ਪੁੱਤ ਭਤੀਜੇ ਉਹਨਾਂ ਦੇ ਸਾਲੇ ਜੀਜੇ ਉਹੀ ਚਲੀ ਜਾਂਦਾ ਸੀ। ਸੋ ਉਹ ਹੁਣ ਨੈਕਸਸ ਜਿਹੜਾ ਟੁੱਟ ਗਿਆ। ਸੋ ਡਾਕਟਰ ਸਾਹਿਬ ਬਾਰੇ ਮੈਂ ਇਹੀ ਕਹੂੰਗਾ, ਜਦੋਂ ਵਿਧਾਨ ਸਭਾ 'ਚ ਵੀ ਬੋਲਦੇ ਸੀਗੇ ਤਾਂ ਹਮੇਸ਼ਾ ਟੂ ਦਾ ਪੁਆਇੰਟ ਅਤੇ ਆਪਣੇ ਲੋਕਾਂ ਦੀ ਗੱਲ ਕਰਦੇ ਸੀ, ਅਤੇ ਸਪੀਕਰ ਸਾਹਿਬ ਇਹਨਾਂ ਨੂੰ ਮੌਕਾ ਵੀ ਪੂਰਾ ਖੁੱਲ੍ਹਾ ਦਿੰਦੇ ਸੀ, ਕਿਉਂਕਿ ਪਤਾ ਲੱਗ ਜਾਂਦਾ ਕਿ ਕੋਈ ਸ਼ੋਰ ਸ਼ਰਾਬੇ ਵਾਲੀ ਗੱਲ ਨਹੀਂ ਕਰਨੀ, ਕੋਈ ਕੰਟਰੋਵਰਸੀ ਵਾਲੀ ਗੱਲ ਨਹੀਂ ਕਰਨੀ, ਸਿਰਫ ਆਪਣੇ ਲੋਕਾਂ ਦੇ ਹੱਕਾਂ ਦੀ ਗੱਲ ਕਰਨੀ ਹੈ, ਆਪਣੇ ਇਲਾਕੇ ਦੇ ਮੰਗਾਂ ਦੀ ਗੱਲ ਕਰਨੀ ਹੈ, ਤਾਂ ਫਿਰ ਉਸ ਐੱਮ ਐੱਲ ਏ ਨੂੰ ਜਾਂ ਉਸ ਐੱਮ ਪੀ ਨੂੰ ਟਾਈਮ ਮਿਲਣ ਲੱਗ ਜਾਂਦਾ। ਜਿਸ ਤਰ੍ਹਾਂ ਮੈਂ ਵੀ 8 ਸਾਲ ਲਾ ਕੇ ਆਇਆ ਪਾਰਲੀਮੈਂਟ 'ਚ, ਤਾਂ ਸਪੀਕਰ ਸਾਹਿਬ ਨੂੰ ਪਤਾ ਲੱਗ ਜਾਂਦਾ ਕਿ ਇਹਨੇ ਫਾਲਤੂ ਗੱਲ ਨਹੀਂ ਕਰਨੀ, ਇਹਨੇ ਆਪਣੀ ਗੱਲ ਕਰਕੇ ਬਹਿ ਜਾਣਾ, ਤਾਂ ਫਿਰ ਟਾਈਮ ਮਿਲ ਜਾਂਦਾ ਬੋਲਣ ਦਾ। ਜਿਹਨੇ ਹੁਣ ਕੋਈ ਕੰਟਰੋਵਰਸੀ ਕ੍ਰੀਏਟ ਕਰਨੀ ਹਰ ਵਕਤ, ਫਿਰ ਸਪੀਕਰ ਨੂੰ ਵੀ ਇਹ ਲੱਗਣ ਲੱਗ ਜਾਂਦਾ ਕਿ ਇਹਦੇ ਬੋਲਣ ਨਾਲ ਕਿਤੇ ਕੋਈ ਰੌਲਾ ਨਾ ਪੈ ਜਾਵੇ, ਇਸ ਕਰਕੇ ਫਿਰ ਇਗਨੋਰ ਕਰਨ ਲੱਗ ਜਾਂਦੇ। ਪਰ ਡਾਕਟਰ ਸਾਹਿਬ ਨੇ ਜਿੰਨਾ ਵੀ ਬੋਲਿਆ ਰਿਕਾਰਡ 'ਤੇ ਪਿਆ ਸਾਰਾ, ਤੁਸੀਂ ਵੀ ਆਪਣੇ ਕੈਮਰਾ ਰਾਹੀਂ ਉਹਨੂੰ ਟੈਲੀਕਾਸਟ ਕੀਤਾ ਹੋਊਗਾ ਕਿ ਜਿੰਨਾ ਵੀ ਬੋਲਿਆ ਉਹ ਆਪਣੇ ਲੋਕਾਂ ਦੇ ਹੱਕ 'ਚ ਬੋਲਿਆ, ਜਿਸ ਏਜੰਡੇ ਨੂੰ ਲੈ ਕੇ ਜਿੱਤ ਕੇ ਆਏ ਨੇ ਉਸ ਏਜੰਡੇ ਨੂੰ ਲੈ ਕੇ ਬੋਲਿਆ। ਔਰ ਮੇਰੇ ਕੋਲ ਆ ਕੇ ਕਈ ਵਾਰ ਜਿਹੜਾ ਮੇਰੇ ਕੋਲ ਮੰਗ ਪੱਤਰ ਦੇ ਕੇ ਕਿ ਮੈਂ ਆਹ ਸ਼ਹਿਰ 'ਚ ਆਹ ਚਾਹੁੰਦਾ, ਮੈਂ ਪਿੰਡਾਂ 'ਚ ਆਹ ਪ੍ਰੋਬਲਮ ਹੈ, ਸਾਨੂੰ ਫੰਡ ਦਿਓ। ਸੋ ਅਸੀਂ ਇਸ ਪੱਖੋਂ ਕਦੇ ਵੀ ਇਹਨਾਂ ਨੂੰ ਇਨਕਾਰ ਨਹੀਂ ਕੀਤਾ, ਚੱਲ ਕੇ ਆਉਂਦੇ ਰਹੇ, ਘੰਟਾ ਘੰਟਾ ਅਸੀਂ ਮਿਲ ਕੇ ਬਹਿ ਕੇ ਗੱਲ ਵੀ ਕਰਦੇ ਰਹੇ ਕਿ ਤੁਸੀਂ ਦੱਸੋ, ਕੋਈ ਗੱਲ ਨਹੀਂ ਮੇਰੇ ਲਈ, ਕੋਈ ਇਹ ਨਹੀਂ ਹੈਗਾ ਕਿ ਜੇ ਕੋਈ ਐੱਮ ਐੱਲ ਏ ਜਿਹੜਾ ਉਹ ਵਿਰੋਧੀ ਧਿਰ ਦਾ ਤਾਂ ਮੈਂ ਉੱਥੇ ਉਸ ਲੋਕਾਂ ਨੂੰ ਸਜ਼ਾ ਦੇਵਾਂ, ਮੈਂ ਉੱਥੇ ਗ੍ਰਾਂਟ ਨਾ ਦੇਵਾਂ ਜਾਂ ਉੱਥੇ ਮੈਂ ਵਿਕਾਸ ਦੇ ਕੰਮਾਂ 'ਤੇ ਕੋਈ ਰੋਕ ਲਾਵਾਂ। ਅਸੀਂ ਇਸ ਤਰ੍ਹਾਂ ਦੀ ਜਿਹੜੀ ਛੋਟੀ ਰਾਜਨੀਤੀ ਨਹੀਂ ਕਰਦੇ, ਜਿਹੜੀ ਕਿ ਇਹ ਕਰਦੇ ਰਹੇ ਆ ਪਹਿਲਾਂ ਜਿਹੜੇ ਬਾਕੀ ਰਵਾਇਤੀ ਪਾਰਟੀਆਂ ਵਾਲੇ, ਕਿ ਜੇ ਇਸ ਗਲੀ 'ਚੋਂ ਸਾਨੂੰ ਵੋਟਾਂ ਨਹੀਂ ਪਈਆਂ ਤਾਂ ਉਹਦੀਆਂ 2 ਪੁਲੀਆਂ ਹੀ ਪੱਟ ਦਿਓ, ਅਤੇ ਬਾਅਦ 'ਚ ਕਹੀ ਜਾਓ ਲੈ ਪੁਲੀਆਂ ਬਣਵਾ ਕੇ ਦਿਖਾਓ, ਹੁਣ ਤੁਸੀਂ ਸਾਨੂੰ ਵੋਟਾਂ ਨਹੀਂ ਪਾਈਆਂ। ਇਸ ਕਿਸਮ ਦੀ ਛੋਟੀ ਰਾਜਨੀਤੀ ਅਸੀਂ ਨਹੀਂ ਕਰਦੇ। ਮੈਂ ਜਿਸ ਦਿਨ ਰਿਜ਼ਲਟ ਆਇਆ ਸੀ 10 ਮਾਰਚ ਨੂੰ, ਮੈਂ ਉਸੇ ਦਿਨ ਵੀ ਕਿਹਾ ਸੀ ਜਿਨ੍ਹਾਂ ਨੇ ਵੋਟਾਂ ਪਾਈਆਂ ਉਹਨਾਂ ਦਾ ਵੀ ਬਹੁਤ ਧੰਨਵਾਦ, ਜਿਨ੍ਹਾਂ ਨੇ ਨਹੀਂ ਪਾਈਆਂ ਉਹਨਾਂ ਦਾ ਵੀ ਬਹੁਤ ਧੰਨਵਾਦ, ਪਰ ਜਿਨ੍ਹਾਂ ਨੇ ਨਹੀਂ ਵੀ ਪਾਈਆਂ ਮੈਂ ਉਹਨਾਂ ਦਾ ਵੀ ਮੁੱਖ ਮੰਤਰੀ ਹਾਂ। ਸੋ ਮੁੱਖ ਮੰਤਰੀ ਤਾਂ ਮੈਂ ਸਾਰੇ ਪੰਜਾਬੀਆਂ ਦਾ, ਕਸਟੋਡੀਅਨ ਤਾਂ ਮੈਂ 3.5 ਕਰੋੜ ਲੋਕਾਂ ਦਾ ਹੀ ਹਾਂ। ਸੋ ਮੈਂ ਕੋਈ ਦਰਿਆਤ ਜਾਂ ਕੋਈ ਪੱਖਪਾਤ ਕਦੇ ਨਹੀਂ ਕਰਦਾ। ਮੇਰੇ ਲਈ ਨਕੋਦਰ ਵੀ ਹੋ ਜਾਏ, ਮੇਰੇ ਲਈ ਨਵਾਂਸ਼ਹਿਰ ਵੀ ਹੋ ਜਾਏ, ਬੰਗਾ ਵੀ ਹੋ ਜਾਏ, ਮੇਰੇ ਲਈ ਮੂਣਕ ਵੀ ਹੋ ਜਾਏ, ਭਵਾਨੀਗੜ੍ਹ ਵੀ ਹੋ ਜਾਏ, ਮੇਰੇ ਲਈ ਘਨੌਰ ਵੀ ਹੋ ਜਾਏ, ਮੇਰੇ ਲਈ ਸਨੌਰ ਵੀ ਹੋ ਜਾਏ। ਸੋ ਜੇ ਪੰਜਾਬ ਦੇ ਵਿੱਚ ਕੋਈ ਤਰੱਕੀ ਹੋਊਗੀ, ਸਾਰੇ ਪੰਜਾਬ 'ਚ ਕਿਤੇ ਵੀ ਤਰੱਕੀ ਹੋਊਗੀ, ਤਾਂ ਉਹਦਾ ਜਿਹੜਾ ਸ਼ਾਬਾਸ਼ੀ ਮਿਲੂਗੀ। ਕੱਲ੍ਹ ਬੱਚਿਆਂ ਨੂੰ ਨਿਯੁਕਤੀ ਪੱਤਰ ਵੰਡੇ, ਉਹ ਆਪ ਬੋਲ ਰਹੇ ਸੀ, ਕੋਈ ਗੁਜਰਾਂ ਤੋਂ ਸੀ, ਕੋਈ ਮੁਕਤਸਰ ਤੋਂ ਸੀ, ਕੋਈ ਫਾਜ਼ਿਲਕਾ ਤੋਂ ਸੀ, ਕੋਈ ਬਠਿੰਡੇ ਤੋਂ ਸੀ, ਕੋਈ ਸੰਗਰੂਰ ਤੋਂ ਸੀ, ਕੋਈ ਅੰਮ੍ਰਿਤਸਰ ਤੋਂ ਸੀ, ਸਾਰੇ ਪੰਜਾਬ ਤੋਂ ਆਏ ਹੋਏ ਸੀ। ਅਤੇ ਉਹ ਦੱਸ ਰਹੇ ਸੀ ਆਪਣੀਆਂ ਕਹਾਣੀਆਂ ਕਿ ਬਾਹਰ ਜਾਣ ਦਾ ਪ੍ਰੋਗਰਾਮ ਬਣ ਗਿਆ ਸੀ, ਪਰ ਅਸੀਂ ਬਦਲਤਾ, ਹੁਣ ਅਸੀਂ ਇੱਥੇ ਰਹਿ ਕੇ ਜਿਹੜਾ ਉਹ ਆਪਣੀ ਤਰੱਕੀ ਕਰਾਂਗੇ, ਪੜ੍ਹਾਂਗੇ। ਅਤੇ ਆਮ ਆਦਮੀ ਪਾਰਟੀ ਜੋ ਸਾਡੇ ਅਰਵਿੰਦ ਕੇਜਰੀਵਾਲ ਜੀ ਸਾਡੇ ਸੁਪਰੀਮ ਆ, ਉਹਨਾਂ ਦਾ ਵੀ ਪਹਿਲਾਂ ਐਜੂਕੇਸ਼ਨ ਅਤੇ ਹੈਲਥ ਉਹਨਾਂ ਦੀ ਪ੍ਰਾਇਓਰਟੀ ਹੈ ਅੱਜ ਵੀ, ਕਿ ਬਾਬਾ ਸਾਹਿਬ ਕਾ ਸਪਨਾ ਅਧੂਰਾ ਕੇਜਰੀਵਾਲ ਕਰੇਗਾ ਪੂਰਾ, ਉੱਥੇ ਨਾਰਾ ਦਿੰਦੇ ਰਹੇ ਹਾਂ ਜਦੋਂ ਸਕੂਲ ਬਣਾਉਂਦੇ ਰਹੇ ਉੱਥੇ ਸੀ। ਤਾਂ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ, ਉਹਨਾਂ ਨੂੰ ਸਕੂਲ ਦੇ ਵਿੱਚ ਕਲਾਸ 'ਚ ਬੈਠਣ ਨਹੀਂ ਦਿੱਤਾ ਜਾਂਦਾ ਸੀ, ਛੂਆ ਛੂਤ ਦਾ ਇੰਨਾ ਜ਼ਮਾਨਾ ਸੀ, ਉਹ ਪਰਾਂ ਬਹਿ ਜਾਂਦੇ ਸੀ। ਫਿਰ ਜਦੋਂ ਪੀਰੀਅਡ ਖਤਮ ਹੁੰਦਾ ਸੀਗਾ ਤਾਂ ਉਹ ਆਪਣੇ ਜਿਹੜੇ ਸਹਿਪਾਠੀ ਸੀ ਉਹਨਾਂ ਤੋਂ ਪੁੱਛਦੇ ਹੁੰਦੇ ਸੀ, ਤੈਨੂੰ ਕੀ ਪੜ੍ਹਾਇਆ, ਉਹ ਮੈਨੂੰ ਪੜ੍ਹਾ ਦੇ। ਇੱਥੋਂ ਪੜ੍ਹ ਕੇ ਉਹਨਾਂ ਨੇ ਬਾਅਦ ਦੇ ਵਿੱਚ ਅਮੈਰੀਕਾ ਤੋਂ, ਲੰਡਨ ਤੋਂ PhDਆਂ ਕੀਤੀ, ਹਾਲਾਂਕਿ ਕੋਈ ਫਾਈਨੈਂਸ਼ਲੀ ਸਾਊਂਡ ਨਹੀਂ ਸੀ। ਉਹਨਾਂ ਨੇ ਫਿਰ ਇੱਕ ਕਥਨ ਲਿਖਿਆ ਕਿ ਵਿੱਦਿਆ ਜਿਹੜੀ ਹੈ ਉਹ ਇੱਕ ਸ਼ੇਰਨੀ ਦੇ ਦੁੱਧ ਵਰਗੀ ਹੈ, ਜਿਹੜਾ ਇਹਨੂੰ ਪੀਊਗਾ ਉਹ ਤਾਂ ਦਹਾੜੂਗੀ ਦਹਾੜੂਗਾ। ਸੋ ਸਾਡਾ ਵੀ ਇਹ ਏਜੰਡਾ ਹੈ ਕਿ ਅਸੀਂ ਐਜੂਕੇਸ਼ਨ ਗਰੀਬਾਂ ਦੇ ਬੱਚਿਆਂ ਨੂੰ ਖਾਸ ਤੌਰ 'ਤੇ ਦਈਏ, ਜੋ ਸਕੂਲ ਆਫ ਐਮੀਨੈਂਸ ਜਾਂ ਅਸੀਂ ਸਮਾਰਟ ਸਕੂਲ ਬਣਾ ਰਹੇ ਹਾਂ, ਗਰੀਬਾਂ ਦੇ ਬੱਚੇ ਪੜ੍ਹ ਕੇ। ਇਸ ਵਾਰ 158 ਬੱਚੇ JEE ਦਾ ਟੈਸਟ ਪਾਸ ਕਰ ਗਏ, 158 ਬੱਚੇ ਪੰਜਾਬ ਦੇ ਪਹਿਲੀ ਵਾਰ ਹੋਇਆ JEE ਦਾ ਟੈਸਟ ਪਾਸ ਕਰ ਗਏ, ਸਰਕਾਰੀ ਸਕੂਲਾਂ ਦੇ ਬੱਚੇ। ਔਰ 10ਵੀਂ 'ਚੋਂ, 8ਵੀਂ 'ਚੋਂ, 12ਵੀਂ 'ਚੋਂ ਫਸਟ ਕੌਣ? ਸਰਕਾਰੀ ਸਕੂਲਾਂ ਦੇ ਬੱਚੇ, ਮਤਲਬ 700 'ਚੋਂ 699 ਨੰਬਰ ਲੈ ਕੇ ਆਉਂਦੇ, ਕਿਉਂਕਿ ਟੀਚਰ ਆ ਗਏ, ਟੀਚਰਾਂ ਨੂੰ ਸਿੰਗਾਪੁਰ ਤੋਂ ਟ੍ਰੇਨਿੰਗ ਦਵਾਤੀ।
ਤੇ ਇਸੇ ਤਰ੍ਹਾਂ ਹੈਲਥ ਦੇ ਵਿੱਚ ਹੋਇਆ, ਇਸੇ ਤਰ੍ਹਾਂ ਬਿਜਲੀ ਦੇ ਵਿੱਚ ਹੋਇਆ, ਇਸ ਤਰ੍ਹਾਂ ਇਨਫਰਾਸਟਰਕਚਰ 'ਚ ਹੋਇਆ, ਅਸੀਂ ਲੱਗੇ ਰਹਾਂਗੇ। ਔਰ ਸਭ ਤੋਂ ਵੱਡਾ ਫੈਸਲਾ ਜਿਹੜਾ ਪਹਿਲਾ ਫੈਸਲਾ ਸੀ 16 ਮਾਰਚ ਨੂੰ ਜਦੋਂ ਸਹੁੰ ਚੁੱਕੀ ਖਟਕੜ ਕਲਾਂ, ਤਾਂ ਸਹੁੰ ਚੁੱਕਣ ਤੋਂ ਸਹੁੰ ਚੁੱਕਣ ਤੋਂ ਬਾਅਦ ਜਦੋਂ ਚਾਰਜ ਲਿਆ ਤਾਂ ਸਭ ਤੋਂ ਪਹਿਲਾ ਫੈਸਲਾ ਇਹ ਸੀਗਾ ਕਿ ਕਿਸੇ ਵੀ ਸਰਕਾਰੀ ਦਫ਼ਤਰ ਦੇ ਵਿੱਚ, ਚਾਹੇ ਡੀ ਸੀ ਦਫ਼ਤਰ ਹੈ, ਚਾਹੇ ਤਹਿਸੀਲਦਾਰ ਦਾ ਦਫ਼ਤਰ ਹੈ, ਚਾਹੇ ਕੋਈ ਡੀ ਐਸ ਪੀ ਦਾ ਦਫ਼ਤਰ ਹੈ, ਚਾਹੇ ਕੋਈ ਵੀ ਸਰਕਾਰੀ ਦਫ਼ਤਰ, ਉੱਥੇ ਮੁੱਖ ਮੰਤਰੀ ਦੀ ਫੋਟੋ ਨਹੀਂ ਲੱਗੂਗੀ, ਉੱਥੇ ਡਾਕਟਰ ਭੀਮ ਰਾਓ ਅੰਬੇਦਕਰ ਅਤੇ ਸ਼ਹੀਦ ਭਗਤ ਸਿੰਘ ਦੀ ਫੋਟੋ ਲੱਗੂਗੀ, ਉਹ ਲੱਗੀ ਹੋਈ ਹੈ, ਤੁਸੀਂ ਜਾ ਕੇ ਦੇਖ ਸਕਦੇ ਹੋ। ਇੱਕ ਨੇ ਸੰਵਿਧਾਨ ਬਣਾਇਆ, ਇੱਕ ਨੇ ਦੇਸ਼ ਬਣਾਇਆ, ਤਾਂ ਇਹਨਾਂ ਦੋਨਾਂ ਦੀ ਫੋਟੋ ਲੱਗੀ ਹੋਈ ਹੈ। ਔਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਡਾਕਟਰ ਸੁੱਖੀ ਜੀ ਇਹਨਾਂ ਦੋਨਾਂ ਨੂੰ ਰੀਪ੍ਰਜੈਂਟ ਕਰਦੇ ਆ। ਸ਼ਹੀਦ ਭਗਤ ਸਿੰਘ ਦੀ ਧਰਤੀ ਤੋਂ MLA ਨੇ ਅਤੇ ਡਾਕਟਰ ਭੀਮ ਰਾਓ ਅੰਬੇਦਕਰ ਦੀ ਸੋਚ ਦੇ ਧਾਰਨੀ ਨੇ। ਸਾਡੀ ਪਾਰਟੀ ਨੂੰ ਅੱਜ ਬਹੁਤ ਬਲ ਮਿਲਿਆ ਔਰ ਸਾਨੂੰ ਇੱਕ ਐਸਾ ਨੇਤਾ ਜਿਹੜਾ ਦਬੇ ਕੁਚਲੇ ਲੋਕਾਂ ਦੀਆਂ ਸਮੱਸਿਆਵਾਂ ਜਾਣਦਾ, ਖੁਦ ਉਹਨੇ ਪਿੰਡ 'ਤੇ ਹੰਡਾਈਆਂ ਹੋਈਆਂ ਨੇ, ਉਹ ਸਾਡੀ ਪਾਰਟੀ ਜੁਆਇਨ ਕਰ ਰਿਹਾ। ਤਾਂ ਸਾਨੂੰ ਇਸ ਗੱਲ ਦੀ ਖੁਸ਼ੀ ਹੈ, ਇਹਨਾਂ ਦੇ ਤਜਰਬੇ ਦਾ, ਇਹਨਾਂ ਦੇ ਐਕਸਪੀਰੀਅੰਸ ਦਾ ਆਉਣ ਵਾਲੇ ਦਿਨਾਂ 'ਚ ਅਸੀਂ ਇਸਤੇਮਾਲ ਵੀ ਕਰਾਂਗੇ। ਔਰ ਜੋ ਜੋ ਵੀ ਇਹਨਾਂ ਦੇ ਸਾਥੀ ਆ, ਇਹਨਾਂ ਨਾਲ ਸੰਗਠਨ 'ਚ ਵੀ ਜ਼ਿੰਮੇਵਾਰੀਆਂ ਮਿਲਣਗੀਆਂ, ਸਰਕਾਰਾਂ 'ਚ ਵੀ ਜ਼ਿੰਮੇਵਾਰੀਆਂ ਮਿਲਣਗੀਆਂ, ਮਿਲ ਕੇ ਕੰਮ ਕਰਾਂਗੇ। ਹੁਣ ਮੈਂ ਇੱਕ ਮਿੰਟ ਲਈ ਕਹੂੰਗਾ ਡਾਕਟਰ ਡਾਕਟਰ ਸੁੱਖੀ ਜੀ, ਇੱਕ ਪਹਿਲਾਂ ਮੈਂ ਜੁਆਇਨਿੰਗ ਦਾ ਰਸਮ ਅਦਾ ਕਰਾਂ, ਉਸ ਤੋਂ ਬਾਅਦ ਸੁੱਖੀ ਜੀ ਬੋਲ। ਵੈਲਕਮ ਸਰ, ਵੈਲਕਮ। ਅੱਜ ਆਮ ਆਦਮੀ ਪਾਰਟੀ ਦੇ ਸਾਡੇ ਬਹੁਤ ਹੀ ਸਤਿਕਾਰਯੋਗ ਪੰਜਾਬ ਦੇ ਚੀਫ ਮਿਨਿਸਟਰ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਔਰ ਉਹਨਾਂ ਦੇ ਨਾਲ ਡਾਕਟਰ ਸੰਦੀਪ ਪਾਠਕ ਜੀ, ਮੇਰੇ ਜਿਹੜੇ ਬਹੁਤ ਨੇੜੇ ਦੇ ਸਾਥੀ ਹੈ, ਮੇਰੇ ਨਾਲ ਵਿਧਾਨ ਸਭਾ 'ਚ ਪਿਛਲੀ ਵਾਰੀ ਮੇਰੇ ਨਾਲ ਸੀ ਸਰਦਾਰ ਕੁਲਵੰਤ ਸਿੰਘ ਪੰਡੋਈ ਸਾਹਿਬ, ਔਰ ਅੱਜ ਮੇਰੇ ਨਾਲ ਜੋ ਮਾਨ ਪ੍ਰਾਪਤ ਕਰ ਰਹੇ ਆ ਸ਼੍ਰੀ ਸੋਹਲਾ ਟੰਡਾ ਜੀ, ਜਿਹੜੇ ਸ਼ਹੀਦ ਭਗਤ ਸਿੰਘ ਐਸ ਸੀ ਬੀ ਦੇ ਪ੍ਰਧਾਨ ਨੇ, ਔਰ ਸਮੁੱਚੇ ਮੇਰੇ ਜਿਹੜੇ ਨਾਲ ਆਏ ਸਾਥੀ ਪ੍ਰੈਸ। ਸਭ ਤੋਂ ਪਹਿਲਾਂ ਤਾਂ ਮੈਂ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ CM ਸਾਹਿਬ ਦਾ ਔਰ ਡਾਕਟਰ ਸੰਦੀਪ ਪਾਠਕ ਜੀ ਦਾ ਧੰਨਵਾਦ ਕਰਦਾ ਕਿ ਮੈਨੂੰ ਉਸ ਵੇਲੇ ਉਹਨਾਂ ਨੇ ਜੁਆਇਨ ਕਰਾਇਆ। ਮੈਨੂੰ ਲੱਗਦਾ ਕਿ ਇਸ ਪਾਰਟੀ ਦੇ 92 MLA ਹੋਣ, ਉਹਨਾਂ ਨੂੰ ਸ਼ਾਇਦ ਦੂਸਰੇ MLA ਦੀ ਲੋੜ ਨਹੀਂ ਪੈਂਦੀ। ਪਰ ਅੱਜ ਮੈਂ ਇਹ ਮਾਣ ਮਹਿਸੂਸ ਕਰ ਰਿਹਾ ਕਿ ਮੈਂ ਆਮ ਆਦਮੀ ਪਾਰਟੀ ਦਾ ਇੱਕ ਸਿਪਾਹੀ ਬਣ ਜਾ ਰਿਹਾ। ਮੈਂ ਉਸ ਹਲਕੇ ਤੋਂ ਆਉਣਾ ਜਿੱਥੇ ਸ਼ਹੀਦ ਸਰਦਾਰ ਭਗਤ ਸਿੰਘ ਦਾ ਜੱਦੀ ਪਿੰਡ ਹੈ, ਪਰ ਮੇਰੀ ਇਹ ਸਦਾ ਹੀ ਦਿਲੀ ਖਾਹਿਸ਼ ਵੀ ਰਹੀ ਹੈ ਕਿ ਉਹ ਹਲਕਾ ਜਿੱਥੇ ਸ਼੍ਰੀ ਦੇਵ ਸਰਦਾਰ ਭਗਤ ਸਿੰਘ ਨੇ ਆਪਣਾ ਬਚਪਨ ਬਿਤਾਇਆ ਹੋਵੇ, ਔਰ ਸਾਨੂੰ ਅੱਜ ਕਿ ਜੇ ਮੈਂ MLA ਹਾਂ ਜਾਂ ਅਸੀਂ ਸਾਰੇ ਹੀ ਆਜ਼ਾਦੀ ਦਾ ਨਿਗਮ ਆਏ, ਉਹ ਸ਼੍ਰੀ ਦੇਵ ਸਰਦਾਰ ਭਗਤ ਸਿੰਘ ਦੇ ਬਤੌਰ ਹੈ। ਪਰ ਮੈਨੂੰ ਉਹਨਾਂ ਰਹਿਬਰਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ, ਸਤਿ ਸ਼੍ਰੀ ਕਾਂਸ਼ੀ ਰਾਮ ਜੀ, ਜਿਨ੍ਹਾਂ ਨੇ ਸਾਨੂੰ ਡਾਕਟਰ ਅੰਬੇਡਕਰ ਦਾ ਜੋ ਸਾਡੇ ਅਤੇ ਉਹਨਾਂ ਦੇ ਅਹਿਸਾਨ ਨੇ ਜੋ ਸਾਡੇ ਲਈ ਉਹਨੇ ਕੀਤਾ। ਪਰ ਮੈਂ ਸਮਝਦਾ ਕਿ ਆਮ ਆਦਮੀ ਪਾਰਟੀ ਜੁਆਇਨ ਕਰਨ ਦਾ ਸਭ ਤੋਂ ਵੱਡਾ ਕਾਰਨ ਇਹ ਰਿਹਾ ਕਿ ਜਦੋਂ ਮੈਂ CM ਸਾਹਿਬ ਨੂੰ ਇਹ ਕਿਹਾ ਕਿ ਸ਼ਹੀਦ ਸਰਦਾਰ ਭਗਤ ਸਿੰਘ ਦੇ ਪਿੰਡ ਤੁਸੀਂ ਸਹੁੰ ਚੁੱਕੀ ਆ, ਮੈਂ ਜਿਸ ਦਿਨ ਮੈਂ ਸਹੁੰ ਚੁੱਕੀ ਸੀ ਮੈਂ ਉਸ ਦਿਨ ਉਸ ਸਹੁੰ ਸਮਾਗਮ ਦੇ ਵਿੱਚ ਹਾਜ਼ਰ ਸੀ। ਉਸ ਤੋਂ ਬਾਅਦ ਜਦੋਂ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਉੱਥੇ ਉਹਨਾਂ ਦੇ ਨਾਂ 'ਤੇ ਇੱਕ ਮੈਡੀਕਲ ਕਾਲਜ ਬਣਾਓ, ਤਾਂ ਇਹਨਾਂ ਨੇ ਵਿਦਆਊਟ ਐਨੀ ਹੈਜੀਟੇਸ਼ਨ ਉਸੇ ਵੇਲੇ ਕਿਹਾ ਕਿ ਮੈਂ ਇਸ ਧਰਤੀ 'ਤੇ ਮੈਡੀਕਲ ਕਾਲਜ ਜ਼ਰੂਰ ਬਣਾਊਂਗਾ। ਮੈਂ ਸਮਝਦਾ ਕਿ ਉਹ ਮੇਰੇ ਲਈ ਬਹੁਤ ਵੱਡੀ ਮਾਣ ਵਾਲੀ ਗੱਲ ਹੈ। ਔਰ ਜਦੋਂ ਸਭ ਤੋਂ ਜ਼ਿਆਦਾ ਜੋ ਮੈਨੂੰ ਇੰਪ੍ਰੈਸ ਕੀਤਾ, ਇੱਕ ਦਿਨ ਮੈਂ ਵਿਧਾਨ ਸਭਾ ਦੇ ਵਿੱਚ ਇੱਕ ਨੈਪਸ਼ੀ ਦਾ ਮੈਂ ਦੱਸਿਆ ਸੀ ਕਿ ਉਹ ਬੜੀ
ਕਰਪਟ ਕਿਸਮ ਦਾ ਆਦਮੀ ਹੈ, ਬੜੀ ਕਰਪਸ਼ਨ ਕਰਦਾ। ਪਰ ਬਾਈ ਚਾਂਸ ਸੀ ਐਮ ਸਾਹਿਬ ਉੱਥੇ ਬੈਠੇ ਸੀ, ਇਹਨਾਂ ਨੇ ਮੈਨੂੰ ਉੱਥੋਂ ਬੁਲਾ ਲਿਆ। ਅਸੀਂ ਕ੍ਰੋਸ ਤਾਂ ਨਹੀਂ ਕਰ ਸਕਦੇ, ਪਰ ਮੈਂ ਜੋ ਉੱਪਰੋਂ ਘੁੰਮ ਕੇ ਆਇਆ, ਕਦੀ ਮੈਨੂੰ ਲੱਗਦਾ ਨਹੀਂ ਕਿ ਓਪੋਜੀਸ਼ਨ ਦਾ ਐਮ ਐਲ ਏ ਸੀ ਐਮ ਸਾਹਿਬ ਨੂੰ ਵਿਧਾਨ ਸਭਾ ਦੇ ਅੰਦਰ ਜਾ ਕੇ ਨਾਲ ਬੈਠਿਆ ਹੋਵੇ। ਪਰ ਇਹਨਾਂ ਨੇ ਮੈਨੂੰ ਕਿਉਂਕਿ ਇਸ਼ਾਰਾ ਕਰਕੇ ਬੁਲਾਇਆ ਸੀ, ਤਾਂ ਮੈਂ ਇਹਨਾਂ ਨੂੰ ਕਿਹਾ ਕਿ ਉਹ ਬੜਾ ਕਰਪਟ ਹੈ, ਦੱਸ ਕਰਨਾ ਕੀ ਹੈ। ਮੈਂ ਕਿਹਾ ਜੀ ਤੁਸੀਂ ਦੱਸ, ਤੁਸੀਂ ਜੋ ਤੁਸੀਂ ਸੀ ਐਮ ਨੂੰ, ਮੈਂ ਤੁਹਾਨੂੰ ਆਪਣੀ ਪ੍ਰੋਬਲਮ ਦੱਸੀ ਕਿ ਉਹ ਬਹੁਤ ਕਰਪਟ ਹੈ, ਲੋਕਾਂ ਨੂੰ ਲੜਦਾ। ਇਹਨਾਂ ਨੇ ਉਸੇ ਵੇਲੇ ਆਰਡਰ ਕੀਤੇ ਕਿ ਇਹਨੂੰ ਸਸਪੈਂਡ ਕਰੋ, ਇਹ ਉੱਥੇ ਬੰਗਿਆਂ 'ਚ ਰਹਿਣਾ ਨਹੀਂ ਚਾਹੀਦਾ। ਔਰ ਜਦੋਂ ਮੈਂ ਸ਼ਾਮ ਤੱਕ ਪਹੁੰਚਿਆ ਤਾਂ ਉਹ ਬੰਦਾ ਉੱਥੇ ਨਹੀਂ ਸੀ। ਮੈਂ ਸਮਝਦਾ ਕਿ ਇਸ ਤਰ੍ਹਾਂ ਦੇ ਸੀ ਐਮ ਨਾਲ, ਇਸ ਤਰ੍ਹਾਂ ਦੇ ਪਾਰਟੀ ਨਾਲ ਕੰਮ ਕੀਤਾ ਜਾ ਸਕਦਾ। ਸੋ ਮੈਂ ਅੱਜ ਇਹਨਾਂ ਨੂੰ ਜੁਆਇਨ ਕਰ ਰਿਹਾ, ਔਰ ਮੈਂ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਮੈਂ ਇਹਨਾਂ ਦੇ ਨਾਲ ਵਫਾਦਾਰੀ ਨਾਲ ਕੰਮ ਕਰੂੰਗਾ। ਔਰ ਇਹੀ ਵਜ੍ਹਾ ਕਿ ਮੈਂ ਅੱਜ ਆਮ ਆਦਮੀ ਪਾਰਟੀ ਜੁਆਇਨ ਕੀਤੀ। ਜੀ ਕੋਈ ਸਵਾਲ? ਇਹ ਮੈਂ ਕਾਨੂੰਨ ਜਿਹੜੀ ਪੱਖ ਹੈ ਦੇਖ ਕੇ ਦੇਖ ਲਿਆ। ਦੇਖੋ ਮੈਨੂੰ ਅਕਾਲੀ ਦਲ ਨੇ ਬੜਾ ਮਾਣ ਸਨਮਾਨ ਦਿੱਤਾ, ਮੈਂ ਦੋ ਵਾਰੀ ਐਮ ਐਲ ਏ ਅਕਾਲੀ ਦਲ ਤੋਂ ਹੀ ਬਣਿਆ। ਮੇਰੀ ਅਕਾਲੀ ਦਲ ਨਾਲ ਕੋਈ ਸਦਾਸ਼ਵੀਰ ਸਿੰਘ ਬਾਦਲ ਨਾਲ ਮੇਰੀ ਕੋਈ ਪ੍ਰੋਬਲਮ ਨਹੀਂ, ਪਰ 7 ਸਾਲ ਦੇ ਵਿੱਚ, ਕਿਉਂਕਿ ਮੈਂ ਦੂਸਰੀ ਵਾਰੀ ਐਮ ਐਲ ਏ ਬਣਿਆ, ਪਰ ਮੈਨੂੰ 7.5-8 ਸਾਲ ਹੋ ਗਿਆ ਕਿ ਮੈਂ ਐਮ ਐਲ ਏ ਬਣੇ ਨੂੰ। ਪਰ ਪਿਛਲੀ ਵਾਰੀ ਕਾਂਗਰਸ ਸਰਕਾਰ ਨੇ ਵੀ ਜਿਹੜਾ ਬੰਗਾਲ ਹਲਕਾ ਸੀ ਬੜਾ ਇਗਨੋਰ ਸੀ, ਪਰ ਇਸ ਵਾਰੀ ਮੈਂ ਸੋਚਦਾ ਹਾਂ ਕਿ ਜਦੋਂ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਜਿਸ ਧਰਤੀ ਤੋਂ ਸਹੁੰ ਚੁੱਕੀ ਆ, ਉਹ ਪੰਜਾਬ ਦਾ ਇੱਕ ਨੰਬਰ ਦਾ ਹਲਕਾ ਹੋਣਾ ਚਾਹੀਦਾ। ਪਰ ਮੈਨੂੰ ਮੇਰੇ ਤੋਂ ਪਹਿਲਾਂ ਇਹਨਾਂ ਨੇ, ਮੇਰੇ ਮੰਗਣ ਤੋਂ ਬਿਨਾਂ ਇਹਨਾਂ ਨੇ ਗੱਲ ਰਸਤੇ 'ਚ ਵੀ ਮੈਨੂੰ ਕਹੀ, ਇੱਥੇ ਵੀ ਕਹੀ, ਅਸੀਂ ਉਹਨੂੰ ਡਿਵੈਲਪ ਕਰਨਾ ਚਾਹੁੰਦੇ ਹਾਂ। ਪਰ ਮੈਂ ਸਮਝਦਾ ਕਿ ਇੱਕੋ ਇੱਕ ਵੱਡਾ ਕਾਰਨ ਆ ਕਿ ਮੈਂ ਬੰਗਾ ਹਲਕੇ ਦਾ ਜਿਹਨਾਂ ਨੂੰ ਮੈਂ ਜਵਾਬ ਦੇ ਹਾਂ, ਉਹਨਾਂ ਦੀ ਡਿਵੈਲਪਮੈਂਟ ਦੇ ਲਈ, ਉਹਨਾਂ ਦੇ ਹਰ ਪੱਖੋਂ ਉਹਨਾਂ ਨੂੰ ਖੁਸ਼ਹਾਲ ਕਰਨ ਦੇ ਲਈ ਮੈਂ ਨਹੀਂ ਸਮਝਦਾ ਕਿ ਮੈਨੂੰ ਇਹ ਪਾਰਟੀ ਜੁਆਇਨ ਕਰ ਲੈਣੀ ਚਾਹੀਦੀ ਸੀ। ਇਸ ਕਰਕੇ ਅਸੀਂ ਕੋਈ ਟਾਰਗੇਟ ਕਰਕੇ ਕੋਈ ਜੁਆਇਨਿੰਗ ਨਹੀਂ ਕਰਾਉਂਦੇ ਕਿ ਇਹਦੇ ਨਾਲ ਐਂ ਹੋ ਜੂ। ਅਸੀਂ ਚਾਹੁੰਦੇ ਹਾਂ ਕਿ ਇਹਦੇ ਹਰੇਕ ਪਾਰਟੀ ਚੰਗੇ ਬੰਦੇ ਵੀ ਹੈਗੇ, ਸਾਰੇ ਸੁਖਬੀਰ ਵੱਲ ਥੋੜ੍ਹੀ ਹੁੰਦੇ, ਚੰਗੇ ਵੀ ਹੈਗੇ ਕਈ। ਤਾਂ ਫਿਰ ਜਿਹੜੇ ਚੰਗੇ ਬੰਦੇ ਨੇ ਉਹ ਕਿੱਥੇ ਜਾਣਗੇ ਫਿਰ? ਜੇ ਪਾਰਟੀ ਇੱਕ ਮਿੰਟ, ਜੇ ਪਾਰਟੀ ਹੋਈ ਉਹਨਾਂ ਦੀ ਇੱਕ ਐਸੇ ਧੜੇਬੰਦੀ ਦਾ ਸ਼ਿਕਾਰ ਹੋ ਗਈ, ਪਰਿਵਾਰਵਾਦ ਦਾ ਸ਼ਿਕਾਰ ਹੋ ਗਈ, ਤਾਂ ਜਿਹੜੇ ਚੰਗੇ ਬੰਦੇ ਨੇ ਪੋਲੀਟਿਕਸ 'ਚ ਫਿਰ ਉਹ ਥੋੜ੍ਹੀ ਨਾਲ ਜਿਹੜੇ ਨੇ ਉਹ ਆਪਣੀ ਬਲੀ ਦੇਣਗੇ, ਉਹ ਲੜੀ ਜਾਣ ਆਪਣਾ ਜਿੰਨਾ ਜਿੱਥੇ ਲੜਨਾ ਹੁਣ, ਉਹ ਉਹਨਾਂ ਦੀ ਲੜਾਈ ਆਪਣੀ ਪਰਿਵਾਰ ਦੀ ਜਾਂ ਆਪਣੀ ਕੁਰਸੀ ਦੀ ਹੈ, ਸਾਡੀ ਲੜਾਈ ਪੰਜਾਬ ਦੀ, ਆਮ ਲੋਕਾਂ ਦੀ, ਦਬੇ ਕੁਚਲੇ ਗਰੀਬਾਂ ਗੁਰਬਿਆਂ ਦੀ ਲੜਾਈ ਹੈ ਸਾਡੀ। ਨਹੀਂ, ਸਾਡੀ ਪਾਰਟੀ ਦੀ ਆਈਡੀਓਲੋਜੀ ਦਾ ਜਿਸ ਦਿਨ ਅਰਵਿੰਦ ਜੀ ਨੇ ਪਾਰਟੀ ਬਣਾਈ ਸੀ, ਉਸ ਦਿਨ ਕਿਹਾ ਸੀ ਕਿ ਦੂਜੀਆਂ ਪਾਰਟੀਆਂ 'ਚ ਵੀ ਚੰਗੇ ਲੋਕ ਨੇ, ਆਓ ਸਾਡੇ ਕੋਲ। ਅਕਾਲੀ ਦਲ ਦੀ ਹੁਣ ਕਾਹਦੀ ਆਈਡੀਓਲੋਜੀ ਬਚੀ ਹੈ ਜੀ? ਅਜੇ ਵੀ ਆਈਡੀਓਲੋਜੀ ਦੀ ਗੱਲ ਕਰੀ ਜਾਂਦਾ, ਉਹਨਾਂ ਦੀ ਟੈਨਸ਼ਨ ਉਦੋਂ ਤੱਕ, ਉਹਨਾਂ ਦੀ ਆਈਡੀਓਲੋਜੀ ਬਚੀ ਹੈ ਕੋਈ? ਨਹੀਂ, ਸਾਡਾ ਹੋਰ ਕਿਸੇ ਨਾਲ ਕੋਈ, ਜਿੱਦੇ ਰਾਤ ਦਾ ਕਾਇਮ ਹੋਇਆ ਇੱਥੇ ਲੈ ਆਵਾਂਗੇ ਤੁਹਾਨੂੰ। ਇੱਦਾਂ ਦਾ ਹੁਣ ਲਾਇਆ ਕਰੋ ਕਿ ਆਹ ਹੋ ਸਕਦਾ ਸੂਤਰ, ਇੱਕ ਤਾਂ ਮੈਨੂੰ ਸੂਤਰ ਮਿਲਾ ਦਿਓ ਯਾਰ, ਇੱਕ ਅੱਧਾ ਤਾਂ ਮਿਲਾ ਦਿਓ। ਚਲੋ, ਤਾਂ ਸੂਤਰ ਬਹੁਤ ਨੇ ਤੁਹਾਡੇ ਯਾਰ, ਕਦੇ ਉਹ ਕੈਬਨਿਟ ਬਣਾ ਦਿੰਦੇ ਨੇ, ਕਦੇ ਉਹ ਪੋਰਟਫੋਲੀਓ ਵੰਡ ਦਿੰਦੇ ਨੇ, ਠੀਕ ਹੈ? ਤਾਂ ਕਿਰਪਾ ਕਰਕੇ ਸੂਤਰਾਂ 'ਤੇ ਕੰਟਰੋਲ ਰੱਖੋ ਬਸ। ਉਹੀ ਤਾਂ ਮੈਂ ਜਵਾਬ ਦਿੱਤਾ ਕਿ ਅਸੀਂ ਜਿੱਦੇ ਸਾਡੇ ਨਾਲ ਕੋਈ, ਜੇ ਉਹਦਾ ਮਨ ਮਿਲੂਗਾ ਸਾਨੂੰ ਤਾਂ ਬਹੁਤ ਚੰਗੇ ਲੱਗਦੇ ਨੇ, ਜੇ ਗਾਹਾਂ ਮੂਹਰੋਂ ਉਹਦਾ ਮਨ ਮਿਲਣਾ ਚਾਹੀਦਾ ਨਾ, ਬਨਵੇ ਨਹੀਂ ਹੋਣਾ ਚਾਹੀਦਾ ਨਾ। ਜਿੱਦੇ ਕੋਈ ਹੋਰ ਬੰਦੇ ਵੀ, ਨੋਟ ਓਨਲੀ ਮਨਪ੍ਰੀਤ ਅਯਾਲੀ, ਜਿੱਦੇ ਕੋਈ ਕਿਸੇ ਹੋਰ ਚੰਗੇ ਬੰਦੇ ਜਾਂ ਕੋਈ ਕਿਸੇ ਅਹੁਦੇ 'ਤੇ ਵੀ ਨਹੀਂ ਹੈਗੇ, ਜਦੋਂ ਉਹ ਸਾਡੇ ਨਾਲ ਸੰਪਰਕ ਕਰਨਗੇ ਅਸੀਂ ਉਹਨਾਂ ਦਾ ਪੋਰਟਫੋਲੀਓ ਚੈੱਕ ਕਰਦੇ ਹਾਂ। ਡਾਕਟਰ ਸਾਹਿਬ ਦਾ ਜਾ ਕੇ ਪੁੱਛ ਲਿਓ, ਨਵਾਂ ਸ਼ਹਿਰ 'ਚ ਇੱਕ ਦਾਗ ਨਹੀਂ ਹੈਗਾ। ਇਹੋ ਜਿਹੇ ਚਿੱਕੜ ਵਾਲੇ ਮਾਹੌਲ 'ਚ ਦਾਮਨ ਸਾਫ਼ ਰੱਖਣਾ ਬਹੁਤ ਵੱਡੀ ਗੱਲ ਹੁੰਦੀ ਹੈ। ਸੋ ਤਾਂ ਹੀ ਡਾਕਟਰ ਸਾਹਿਬ ਸਾਡੇ ਕੋਲ ਅੱਜ ਹਿੱਸਾ ਨਿਭਾਉਂਦੇ।
ਕੋਈ ਗੱਲ ਨੀ, ਇੰਟਰੋਡਕਸ਼ਨ ਹੈ, ਸਾਰਿਆਂ ਨੂੰ ਮਿਲ ਲੈਣਗੇ ਉਹ ਕੌਣ ਕੀ ਕੰਮ ਕਰਦਾ, ਕੌਣ ਮਿਲ ਲੈਣ। ਨਹੀਂ ਨਹੀਂ ਹਜੇ ਤਾਂ ਅਸੀਂ ਨਵੇਂ ਆਏ ਨੇ, ਅਜੇ ਤਾਂ ਗੁਹਾਟੀ ਤੋਂ ਸਾਰਾ ਸਮਾਨ ਵੀ ਨਹੀਂ ਆ ਜਾਂਦਾ, ਠੀਕ ਹੈ ਨਾ। ਆ ਕੇ ਮਿਲ ਲੈਣ ਦੋ, ਕੌਣ ਕੌਣ ਸੈਕਟਰੀ ਨੇ, ਕੌਣ ਕੱਲ ਨੂੰ ਚਿੱਠੀ ਲਿਖਣੀ ਹੈ, ਕੋਈ ਕੱਲ ਨੂੰ ਕੋਈ ਕੋਈ ਆਰਡਰ ਦੇਣਾ ਹੈ, ਉਹ ਦੁਬਾਰਾ ਦੇਖਾਂਗੇ। ਤਾਂ ਠੀਕ ਹੈ ਨਾ, ਦੇਖੋ ਇਹਨੇ ਦੇਖੋ ਨੈਸ਼ਨਲ ਹਾਈਵੇ ਅਥਾਰਟੀ ਕਹਿੰਦੀ ਹੈ, ਸਾਡਾ ਜ਼ਮੀਨਦਾਰ ਵਾਲਾ ਜੀ ਦੋ ਤਿੰਨ ਜਗ੍ਹਾ 'ਤੇ, ਵੀ ਮਤਲਬ ਸਾਡਾ ਰੇਟ ਨਹੀਂ ਬਣ ਰਿਹਾ ਸੈਂਟਰ ਨਾਲ, ਕਿਸਾਨਾਂ ਦਾ ਭਾਅ ਨਹੀਂ ਬਣ ਰਿਹਾ, ਇਹ 'ਚ ਲੋਅ ਐਂਡ ਆਰਡਰ ਕਿੱਥੋਂ ਆ ਗਿਆ ਜੀ? ਹਰ ਗੱਲ 'ਤੇ ਕਹਿ ਦਿੰਦੇ ਲੋਅ ਐਂਡ ਆਰਡਰ। ਜ਼ਮੀਨ ਅਸੀਂ ਦੇਣੀ ਹੈ, ਅਸੀਂ 55 ਮੰਗਦੇ ਹਾਂ, ਉਹ 50 ਦਿੰਦੇ ਨੇ, ਅਤੇ 50 ਦੇ 55 'ਚ ਸੌਦਾ ਖੜਾ, ਅਤੇ ਲੋਅ ਐਂਡ ਆਰਡਰ ਕਿੱਥੋਂ ਆ ਗਿਆ? ਪੰਜਾਬ ਨੂੰ ਹਰ ਵਕਤ ਉਹ ਲੋਅ ਐਂਡ ਆਰਡਰ ਦੀ ਗੱਲ ਕਿਉਂ ਲਿਖ ਦਿੰਦੇ ਨੇ? 2.5 ਸਾਲ ਹੋ ਗਏ, 16 ਮਾਰਚ ਤੋਂ ਬਾਅਦ 2.5 ਸਾਲ ਹੀ ਹੋ ਗਏ, ਪੰਜਾਬ ਦੇ ਵਿੱਚ 1 ਮਿੰਟ ਵੀ ਕਿਸੇ ਸ਼ਹਿਰ ਜਾਂ ਕਸਬੇ 'ਚ ਕਰਫਿਊ ਨਹੀਂ ਲੱਗਿਆ, ਅਤੇ ਹਰਿਆਣੇ 'ਚ ਨੂੰਹ ਦੇ ਵਿੱਚ 4 ਮਹੀਨੇ ਕਰਫਿਊ ਲੱਗਿਆ ਰਿਹਾ। ਤੁਸੀਂ ਸਾਨੂੰ ਲੋਅ ਐਂਡ ਆਰਡਰ ਦੱਸ ਦਿਓ ਵੀ ਕੀ ਹੁੰਦਾ, ਯੂਪੀ 'ਚ ਆਪਣਾ ਲੋਅ ਐਂਡ ਆਰਡਰ ਸੰਭਾਲ ਲਓ। ਨੰਬਰ 2, ਪੰਜਾਬ ਦੀਆਂ ਜ਼ਮੀਨਾਂ ਨੂੰ ਤੁਸੀਂ ਉੜੀਸਾ ਜਾਂ ਕਿਸੇ ਹੋਰ ਨਾਲ ਕੰਮੀ ਕੰਪੇਅਰ ਕਰ ਦੋਗੇ, ਸਾਡੀ ਉਪਜਾਊ ਜ਼ਮੀਨ ਹੈ, ਸਾਡੀ ਸਾਡੀ ਐਕੁਜੀਸ਼ਨ ਦਾ ਰੇਟ ਹੋਰ ਹੈ, ਉੜੀਸਾ ਦਾ ਹੋਰ ਹੈ, ਛੱਤੀਸਗੜ੍ਹ ਦਾ। ਤੁਸੀਂ ਕਹਿੰਦੇ ਜੀ ਹਮੇ ਬਿਹਾਰ ਮੇ ਹਮੇ 5 ਲੱਖ ਮੇ ਏਕੜ ਮਿਲ ਰਿਹਾ ਹੈ, ਆਹ 50 ਮੰਗ ਰਹੇ ਹੋ, ਬਈ ਸਾਡੀ ਜ਼ਮੀਨ ਦਾ ਫਰਕ ਹੈ ਯਾਰ, ਇਹ ਤਾਂ ਤੁਹਾਨੂੰ ਦੇਖਣਾ ਪਊਗਾ। ਹਾਂ ਤੁਸੀਂ ਜੰਮੂ ਕਸ਼ਮੀਰ ਜਾਓਗੇ ਅੱਗੇ ਕਠੂਏ ਤੋਂ ਅੱਗੇ ਫਿਰ ਸਸਤੀਆਂ ਮਿਲਣਗੀਆਂ ਤੁਹਾਨੂੰ, ਪਹਾੜ ਆ ਉੱਥੇ, ਬੰਜਰ ਜ਼ਮੀਨਾਂ ਨੇ, ਹੈ ਨਹੀਂ ਕੁਛ। ਸੋ ਅਸੀਂ ਆਪਣੀ ਜ਼ਮੀਨ ਦਾ ਤਾਂ ਮੁੱਲ ਲਵਾਂਗੇ ਨਾ ਪ੍ਰੋਪਰ। ਸੋ ਇਹ ਕੋਈ ਲੋਅ ਐਂਡ ਆਰਡਰ ਦਾ ਨਹੀਂ, ਮੈਂ ਕੱਲ੍ਹ ਇਹੀ ਲਿਖਿਆ, ਜੇ ਲੋਅ ਐਂਡ ਆਰਡਰ ਹੁੰਦੀ ਤਾਂ ਕੋਈ ਪੁਲਿਸ ਨਾ ਜਾਂਦੀ ਉੱਥੇ, ਰੌਲਾ ਤਾਂ ਠੇਕੇਦਾਰਾਂ ਦਾ ਪੈਸੇ ਦੇਣ 'ਤੇ ਹੈ। ਸੋ ਅਸੀਂ 2-4 ਦਿਨਾਂ 'ਚ ਹੱਲ ਕਰ ਦਾਂਗੇ, ਕੋਈ ਇਸ ਗੱਲ। ਨਹੀਂ ਨਹੀਂ, ਕਲੈਕਟਰ ਰੇਟ ਦਾ ਕੋਈ ਫਰਕ ਨਹੀਂ ਹੁੰਦਾ ਜੀ, NHAI ਦੇ ਜਿਹੜੇ ਰੇਟ ਨੇ ਨਾ ਉਹ ਅਲੱਗ ਅਲੱਗ ਹੁੰਦੇ ਨੇ, ਉਹ ਕਿਤੇ ਕੁਛ ਹੁੰਦਾ ਕਿਤੇ ਕੁਛ ਹੁੰਦਾ। ਬਾਅਦ ਦੇ ਵਿੱਚ ਤੁਸੀਂ ਕਮਿਸ਼ਨਰ ਕੋਲ ਵੀ ਜਾ ਸਕਦੇ ਹੋ, ਅਪੀਲ ਪਾ ਸਕਦੇ ਹੋ ਕਿ ਸਾਨੂੰ ਘੱਟ ਮਿਲਿਆ, ਬਹੁਤ ਵਾਰੀ ਬਾਅਦ 'ਚ ਵੀ ਮਿਲੇ ਨੇ ਰੇਟ, ਪਰ ਇਹ ਕੋਈ ਨਹੀਂ, ਜਲਦੀ ਮਸਲਾ ਹੱਲ ਹੋ ਜੂਗਾ। ਅੱਜ ਸਿਰਫ ਇੱਕ ਦਾ ਜਵਾਬ ਤੁਸੀਂ ਵਿੱਚ ਦੇ ਗਏ, ਵੈਸੇ ਮੈਂ ਕਦੋਂ ਕਿਹਾ ਭੜਕਾਉਂਦੇ ਨੇ, ਸਵਾਲ ਵੀ ਜਵਾਬ ਕਿਉਂ ਦੇ ਰਹੇ ਹੋ? ਮੈਂ ਵੀ ਇਹੀ ਕੰਮ ਕਰਤਾ ਹੂੰ ਪਿਛਲੇ 25 ਸਾਲ 'ਚ, ਬੋਲਣੇ ਕਾ ਕੰਮ ਹੀ ਕਰਤਾ ਹੂੰ ਮੈਂ, ਕੋਈ ਗੈਸ ਬੈਲਡਿੰਗ ਨਹੀਂ ਕਰਤਾ ਥਾ ਪਹਿਲੇ। ਸਟੇਕ ਹੋਲਡਰਸ ਕੋ ਮਿਲੂੰਗਾ ਜਿਨਕੀ ਜ਼ਮੀਨ ਹੈ, ਔਰ ਉਨਕੇ ਸਾਰੇ ਜੋ ਹੱਕ ਹੈ ਉਨਕੋ ਮਿਲੇਗੇ। ਥੈਂਕ ਯੂ, ਆਉਂਦੇ ਹਾਂ।